ਸੋ ਨਮਸਕਾਰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਐਡਮਿਟ ਕਾਰਡ ਫੋਰਸਟ ਕਾਰਡ ਦੇ ਐਗਜ਼ਾਮਸ ਬੰਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਨੇ ਬਟ ਫਿਰ ਵੀ ਕਾਫੀ ਸਵਾਲ ਆ ਰਹੇ ਨੇ ਪੁੱਛ ਰਹੇ ਨੇ ਕਿ ਇਸ ਵਿੱਚ ਐਗਜ਼ਾਮ ਸੈਂਟਰ ਕਿੱਥੇ ਹੈ ਠੀਕ ਹੈ ਐਗਜ਼ਾਮ ਸੈਂਟਰ ਦੇਖੋ ਡਾਊਨਲੋਡ ਕਰ ਲਵਾਂਗੇ ਜਦੋਂ ਇੱਥੇ ਤੁਸੀਂ ਐਪਲੀਕੇਸ਼ਨ ਜ ਐਪਲੀਕੇਸ਼ਨ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਪੋਰਟਲ ਖੁੱਲ ਜਾਊਗਾ ਇੱਥੇ ਆਪਾਂ ਆਪਣਾ ਐਪਲੀਕੇਸ਼ਨ ਨੰਬਰ ਤੇ ਡੇਟ ਆਫ ਬਰਥ ਫਿਲ ਕਰਨੀ ਹੈ ਦੇਖੋ ਐਜ਼ ਇਟ ਇਸ ਤਰ੍ਹਾਂ ਐਪਲੀਕੇਸ਼ਨ ਸੋਰੀ ਡੇਟ ਆਫ ਬਰਥ ਐਜ਼ ਇਟ ਇਸ ਤਰ੍ਹਾਂ ਫਿਲ ਕਰਨੀ ਹੈ ਪਹਿਲਾਂ ਆਪਣਾ ਕੀ ਜਾਣੀ ਚਾਹੀਦੀ ਹੈ ਫਿਰ ਆਪਣਾਏ ਯਾਰ ਠੀਕ ਹੈ ਇਸ ਤੋਂ ਬਾਅਦ ਡਾਊਨਲੋਡ ਕਰਦਾਂਗੇ ਤੇ ਇਸ ਤਰ੍ਹਾਂ ਦਾ ਜਿਹੜਾ ਐਡਮਿਟ ਕਾਰਡ ਆਪਣਾ ਡਾਊਨਲੋਡ ਹੋ ਜਾਵੇਗਾ ਇਹ ਮੈਂ ਕਿਸੇ ਸਬਸਕ੍ਰਾਈਬਰ ਦਾ ਡਾਊਨਲੋਡ ਕੀਤਾ ਹੈ ਹੁਣ ਕੀ ਕਰਨਾ ਹੈ ਇੱਥੇ ਆਪਾਂ ਐਗਜ਼ਾਮ ਸੈਂਟਰ ਲੋਕੇਸ਼ਨ ਚੈੱਕ ਕਰਨੀ ਹੈ ਇੱਥੇ ਹੁਣ ਐਗਜ਼ਾਮ ਸੈਂਟਰ ਨੂੰ ਇੱਥੇ ਧਿਆਨ ਨਾਲ ਪੜੋ ਲਿਖਿਆ ਕੀ ਹੈ ਚੰਡੀਗੜ੍ਹ ਯੂਟੀ ਮੁਹਾਲੀ ਜਨਰਲ ਫਤਿਹਗੜ੍ਹ ਰੋਪੜ ਇੱਥੇ ਕਿਤੇ ਵੀ ਐਗਜ਼ਾਮ ਸੈਂਟਰ ਆ ਸਕਦਾ ਹੈ ਠੀਕ ਹੈ ਤੇ ਇਹ ਕਦੋਂ ਵਿਜ਼ਿਟ ਕਰਨੀ ਆਪਾਂ ਇਹਨਾਂ ਦੀ ਆਫੀਸ਼ੀਅਲ ਵੈੱਬਸਾਈਟ 11 11 2022 ਨੂੰ ਠੀਕ ਹੈ 11 ਤਰੀਕ ਨੂੰ ਅਲਾਟ ਕਰਨਗੇ ਸੈਂਟਰ ਜਿੱਥੇ ਵੀ ਤੁਹਾਡਾ ਐਗਜ਼ਾਮ ਹੋਵੇ 11 ਤਰੀਕ ਨੂੰ ਦੁਬਾਰਾ ਇਹਨਾਂ ਦੀ ਆਫੀਸ਼ਲ ਵੈਬਸਾਈਟ ਚੈੱਕ ਕਰਨੀ ਹੈ ਤੇ ਆਪਣੇ ਆਪਣੇ ਰੋਲ ਆਪਣੇ ਰੋਲ ਨੰਬਰ ਐਂਡ ਆਪਣੀ ਡੇਟ ਆਫ ਬਰਥ ਫਿਲ ਕਰਕੇ ਐਜ਼ ਅ ਪਾਸਵਰਡ ਉਸ ਤੋਂ ਬਾਅਦ ਆਪਾਂ ਆਪਣਾ ਐਗਜ਼ਾਮ ਸੈਂਟਰ ਚੈੱਕ ਕਰਨਾ ਹੈ ਠੀਕ ਹੈ ਉਸ ਤੋਂ ਪਹਿਲੇ ਉਸ ਦੇ ਐਡਮਿਟ ਕਾਰਡ ਦੇ ਨਾਲ-ਨਾਲ ਆਪਾਂ ਹੋਰ ਕੀ ਇੱਥੇ ਧਿਆਨ ਰੱਖਣਾ ਹੈ ਇਹ ਨਾਲ ਆਪਾਂ ਪ੍ਰਿੰਟ ਕਰਾਉਣਾ ਹੈ ਇੱਥੇ ਸਿਗਨੇਚਰ ਕਰਕੇ ਅਤੇ ਨਾਲ ਐਗਜ਼ਾਮ ਡੂਇੰਗ ਲੈ ਕੇ ਜਾਣਾ ਠੀਕ ਹੈ ਐਗਜ਼ਾਮ ਦੇ ਦੌਰਾਨ ਇਹ ਪਰਫਾਰਮਾ ਵੀ ਨਾਲ ਫਿਲ ਕਰਕੇ ਲੈ ਕੇ ਜਾਣਾ ਹੈ ਇਸ ਤਰ੍ਹਾਂ ਇਹ ਇਨਸਟਰਕਸ਼ਨ ਨੇ ਇਸ ਨੂੰ ਵੀ ਧਿਆਨ ਨਾਲ ਪੜ ਲਓ ਇੱਕ ਵਾਰੀ ਚੰਗਾ ਤੇ ਬਾਕੀ ਕੋਈ ਵੀ ਇਨਫਰਮੇਸ਼ਨ ਤੁਹਾਨੂੰ ਚਾਹੀਦੀ ਹੈ ਜਾਂ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਪੁੱਛ ਲਿਓ ਮੈਂ ਤਾਂ ਓਕੇ ਹਾਂ